ਸਤਿ ਸ੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਫੈਨ ਪੰਜਾਬੀ ਟੀਵੀ ਤੇ। ਦੋਸਤੋ, ਜੇ ਤੁਸੀਂ ਯੂਟਿਊਬ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜੇ ਫੇਸਬੁੱਕ ਤੇ ਤਾਂ ਚੈਨਲ ਨੂੰ ਫੋਲੋ ਕਰ ਲਓ। ਦੋਸਤੋ, ਇਹ ਸਾਰੇ ਇੰਪਲੀਮੈਂਟ ਜਿਹੜੇ ਤੁਸੀਂ ਦੇਖ ਰਹੇ ਹੋ ਬੈਕ ਸਾਈਡ ਤੇ, ਇਹ ਧਮਾਨ ਐਗਰੀਕਲਚਰ ਵਰਕਸ ਵਾਲੇ ਬਾਈ ਉਹਨੇ ਬਣਾ ਰਹੇ ਨੇ। ਬਹੁਤ ਪੁਰਾਣੀ ਵਰਕ ਜਿਹੜੀ ਫਾਰਮ ਹੈ ਇਹਨਾਂ ਦੀ, ਤੇ ਕਿਹੜੀ ਕਿਹੜੀਆਂ ਮਸ਼ੀਨਾਂ ਤੇ ਸਬਸਿਡੀਆਂ ਨੇ, ਤੁਸੀਂ ਪੂਰੀ ਜਾਣਕਾਰੀ ਬਾਈ ਜੀ ਉਹਨਾਂ ਨਾਲ ਆਪਾਂ ਪ੍ਰਾਪਤ ਕਰਦੇ ਹਾਂ। ਪਹਿਲ ਤਾਂ ਬਾਈ ਜੀ ਸਵਾਗਤ ਹੈ ਤੁਹਾਡਾ ਫੈਨ ਪੰਜਾਬੀ ਟੀਵੀ ਤੇ। ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਰਦੀ ਹੈ ਜੀ। ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਐਗਜੀਬਿਸ਼ਨ ਦੇ ਵਿੱਚ ਜਿਹੜਾ ਆਪਾਂ ਸਟਾਲ ਲਾਇਆ ਹੋਇਆ, ਕਿੰਨੇ ਤਰ੍ਹਾਂ ਦੇ ਇੰਪਲੀਮੈਂਟ ਤੁਸੀਂ ਜਿਹੜੇ ਬਣਾਉਂਦੇ ਹੋ ਜੀ? ਆਪਾਂ ਹੈਰੋ, ਰੋਟਾਵੇਟਰ, ਡਿਸਕ ਹੈਰੋ, ਹਾਈਡ੍ਰੋਲਿਕ ਹੈਰੋ, ਸਬਸੋਇਲਰ, DSR, ਜੀਰੋ ਡਰਿੱਲ, ਇਹ ਵੀਰੇ ਆਪਣੀ ਹਾਈਡ੍ਰੋਲਿਕ ਹੈਰੋ ਹੈ। ਇਹ ਬਾਈ ਜੀ ਹਾਈਡ੍ਰੋਲਿਕ ਹੈਰੋ ਹੈ, ਦੇਖਣ ਨੂੰ ਬੜੀ ਕੁੱਤ ਤੇ ਬੜੀ ਹੈਵੀ ਲੱਗਦੀ ਹੈ ਬਾਈ ਜੀ, ਦੱਸਿਓ ਇਹ ਬਾਰੇ ਜਾਣਕਾਰੀ। 12-12 ਦੀਆਂ ਡਿਸਕ ਹੈਰੋ ਨੇ ਜੀ। ਹਾਂਜੀ। ਤੇ ਪ੍ਰਾਈਸ ਹੈਗਾ 2,50,000 ਜੀ। ਡਿਸਕਾਊਂਟ ਵੀ ਬਾਈ ਜੀ ਉਹਨਾਂ ਨੇ, ਜਿਹੜਾ ਆਪਣਾ ਵੀਰੇ ਜੈਕ ਹੈ ਜਿਹਨੂੰ ਪੰਪ ਕਹਿ ਦਿੰਦੇ ਨੇ ਆਪਾਂ ਪੰਜਾਬੀ ਚ, ਉਹ ਆਪਣਾ ਇਹਦੇ ਵਿੱਚ ਫਿੱਟ ਹੈ। ਕਈ ਲੋਕ ਜਿਹੜੇ ਮੈਨੂਫੈਕਚਰਰ ਨੇ ਉਹ ਬਾਹਰ ਕੱਢ ਦਿੰਦੇ ਨੇ, ਆਪਾਂ ਅੰਦਰ ਕਰਕੇ ਆ। ਬਾਹਰ ਕੱਢ, ਜਦੋਂ ਬਾਹਰ ਕੱਢ ਦਿੰਦੇ ਜੀ, ਉਹਦਾ ਨੁਕਸਾਨ ਆ ਬਾਹਰ ਕੱਢ ਕੇ? ਬਾਹਰ ਕੱਢਣ ਦਾ ਨੁਕਸਾਨ ਨਹੀਂ ਵੀਰੇ, ਸਾਡਾ ਹੈਵੀ ਡਿਊਟੀ, ਹੈਵੀ ਡਿਊਟੀ ਹੈ ਜਿਹੜਾ ਅੰਦਰੇ ਬਾਕਸ ਦੇ ਵਿੱਚ ਹੀ ਰਹੂਗਾ। ਹਾਂਜੀ, ਚਾਹੇ ਇਹ ਪੰਪ ਕੱਢ ਕੇ ਟਰਾਲੀ ਚ ਪਾ ਲਿਓ। ਅੱਛਾ। ਹਾਂਜੀ, ਮਤਲਬ ਸਫੀਸ਼ੀਐਂਟ ਹੈ, ਪੂਰਾ ਹੈਵੀ ਦੇ ਵਿੱਚ ਹੈ। ਤੇ ਆਪਣੇ ਸੋਕਰ ਨੇ ਸਪਰਿੰਗ, ਜਿਹਨੂੰ ਹੁਣ ਆਪਾਂ ਡਰਾਵਾਲ ਤੇ ਲਾਉਂਦੇ ਆ ਜੀ। ਠੀਕ ਹੈ। ਤੇ ਡਰਾਵਾਲ ਚਲਾ ਕੇ ਜਦੋਂ ਆਪਾਂ ਆ ਕੱਢ ਦਈਏ ਦੋ ਕਿੰਨਾ, ਠੀਕ ਹੈ ਜੀ, ਇਹ ਆਪਣਾ ਮਤਲਬ ਸੈੱਟ ਬੰਬਲਿੰਗ ਨਹੀਂ ਕਰੂਗਾ, ਮਤਲਬ ਸੋਕਰ ਦਾ ਕੰਮ ਲਊਗਾ, ਵਾਈਬ੍ਰੇਸ਼ਨ ਨਹੀਂ ਕਰੂਗਾ ਜੀ, ਪੂਰੀ ਜੰਮ ਕੇ ਚੱਲੂਗੀ ਜਿਹੜੀ, ਪਰਫਾਰਮੈਂਸ ਜਿਹੜੀ ਬਹੁਤ ਜ਼ਿਆਦਾ ਵਧੀਆ। ਇਹ ਸਾਡਾ ਗੈਂਗ ਨੇ, ਗੇੜਾ ਦੇ ਕੇ ਦੇਖੋ ਜਿਵੇਂ ਰੈਲਾ ਆਉਂਦਾ ਜੀ। ਬਿਲਕੁਲ, ਰੈਲਾ ਦੇਖੋ, ਇੱਧਰ ਵੀ ਮੈਂ ਦਿਖਾ ਦੇਣਾ ਬਾਈ, ਕਿਆ ਬਾਤ ਹੈ। ਬੈਰਿੰਗ ਕਿਹੜੇ ਪਾਏ ਹੋਏ ਨੇ ਬਾਈ, ਕਿਹੜੀ ਕੰਪਨੀ ਦੇ ਪਾਏ ਨੇ ਜਿਹੜਾ ਰੈਲਾ ਚੱਲਦਾ? ਵੀਰੇ ਜਿਹੜਾ ਆਪਣਾ ਹੁਣ ਤੁਹਾਨੂੰ ਪਤਾ ਹੈ ਨਿਊ ਜਨਰੇਸ਼ਨ ਹੈ, ਹਾਂਜੀ ਹਾਂ, ਜਿਆਦਾ ਨਵੀਂ ਲੁੱਕ ਨੂੰ ਲਾਈਕ ਕਰਦੀ ਹੈ, ਉਹ ਲੁੱਕ ਨੂੰ ਦੇਖ ਆਪਣੇ ਲੰਪ ਲਾਈਟ ਲਾ ਰੱਖੀ ਹੈ, ਇੰਡੀਕੇਟਰ ਲਾਈਟ, ਬੈਕ ਸਾਈਡ ਸਾਰੇ ਕੁਝ ਲਾ ਰੱਖਿਆ, ਪੂਰੀ ਮਤਲਬ ਲੁੱਕ ਜਿਹੜੀ ਨਾ ਲਗਜ਼ਰੀ ਕਾਰ ਵਾਲੀ ਦਿੱਤੀ ਹੋਈ ਹੈ ਬਾਈ, ਲਗਜ਼ਰੀ ਕਾਰ ਵਾਲੀ ਦੇ ਰੱਖੀ ਹੈ। ਹਾਈਡ੍ਰੋਲਿਕ ਆ ਬਾਈ, ਪਾਈਪਾਂ ਦੇਖ ਲਓ ਤੁਸੀਂ, ਬਾ ਕਮਾਲ ਜਿਹੜੀ। ਆ ਜਾ ਬਾਈ ਜੀ ਪਿੱਛੇ ਨੂੰ ਦਿਖਾ ਦਈਏ ਆਪਾਂ, ਤੇ ਪਿਛਲੇ ਪਾਰ ਗੱਡੀ ਦੇ ਟਾਇਰ ਨੇ ਵੀਰੇ। ਬਾਈ ਜੀ ਆ ਜਾ ਪਿੱਛੇ ਨੂੰ ਦਿਖਾ ਦਈਏ ਤਾਂ, ਆ ਗੱਡੀ ਦੇ ਟਾਇਰ ਨੇ, ਥਾਰ ਗੱਡੀ ਦੇ ਟਾਇਰ, ਥਾਰ ਬਿਲਕੁਲ, ਥਾਰ ਪੂਰੀ ਉਹ ਗੱਡੀ ਉਹ ਬਣਾਈ ਹੋਈ ਆ ਬਾਈ। ਹਾਂਜੀ, ਧਮਾਨ ਵਾਲਿਆਂ ਨੇ ਕਮਾਲ ਕਰੀ ਹੋਈ ਹੈ। ਹਾਂਜੀ, ਤੁਸੀਂ ਦੇਖ ਸਕਦੇ ਹੋ ਟਾਇਰ ਵੀ ਦੇਖ ਸਕਦੇ ਹੋ, ਤੇ ਲੋਹਾ ਜਿਹੜਾ ਪੂਰਾ ਤਕੜਾ ਲਾਇਆ ਹੋਇਆ। ਕਿੰਨੇ ਦਾ ਲਾਇਆ ਬਾਈ, ਅੰਕਲ ਕੀ ਸਾਈਜ਼ ਦਾ? ਜਿਹੜੀ ਆਪਾਂ ਬੈਲਡ ਕਰਦੇ ਆ, ਹਾਂਜੀ, ਇਹ ਆਪਾਂ ਇਸ 'ਚ ਕੋਈ ਪ੍ਰੋਟੀਨ ਨਹੀਂ ਭਰਦੇ, ਕੋਈ ਇਸ 'ਚ ਮਸਾਲਾ ਨਹੀਂ ਭਰਦੇ, ਅੱਛਾ ਜੀ, ਕੁਛ ਨਹੀਂ, ਚਾਹੇ ਛੈਣੀ ਥੋੜਾ ਮਾਰ ਕੇ ਦੇਖ ਲਓ, ਰੀਅਲ ਹੈ ਜਮੇ ਹੀ। ਅੱਛਾ ਜੀ, ਪੂਰੀ ਜ਼ਬਰਦਸਤ ਤਰੀਕੇ ਨਾਲ ਤਿਆਰ ਹੈ ਜੀ। ਇਹ ਆਪਣਾ 10-10 ਦਾ ਸੈੱਟ ਹੈ ਜੀ। ਇਹ 10 ਦੀ ਆ ਗਈ, ਇਹਦੇ ਵਿੱਚ ਹੱਥ ਮਰਾ ਦੋ ਦੋਸਤੋ, ਇਹਦਾ ਗੈਂਗ ਕੋਈ ਆਈ, ਇਹਦਾ ਵੀ ਗੇੜਾ ਦੇ ਕੇ ਦੇਖੋ। ਵਾਹ, ਆ ਦੇਖੋ ਬਾਈ, ਬੜੀ ਸਮੂਥ ਚੱਲਦੀ ਆ, ਬਿਲਕੁਲ ਹੱਥ ਦੇ ਨਾਲ ਹੀ ਦੇਖ ਲਓ। ਹਾਂਜੀ, ਇਹੀ ਪਿੰਨ ਵਾਲਾ ਪ੍ਰੋਸੈਸ ਇਹੀ ਆ ਵੀ ਇਹ ਸੋਕਰ ਦਾ ਕੰਮ ਕਰੂ, ਇਹ ਪਿੰਨਾਂ ਕੱਢ ਕੇ ਬਾਈ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਇਹਦਾ ਜੈਕ ਵੀ ਜੀ ਵਿੱਚ ਹੀ ਹੈ। ਠੀਕ ਹੈ ਜੀ, ਕਿਆ ਬਾਤ ਹੈ, ਇਹ ਵੀ ਦੇਖੋ ਦੋਸਤੋ, ਜੈਕ ਵੀ ਵਿੱਚ ਹੈ। ਸਕ੍ਰੈਪਰ ਇਹਦੇ ਦੂਜੇ ਆ ਗਏ ਜੀ, ਹੋਲਡਿੰਗ ਵਾਲੇ, ਹੋਲਡਿੰਗ ਵਾਲੇ ਸਕ੍ਰੈਪਰ ਆ ਗਏ। ਇਹਦੇ ਨਾਲ ਜੀ ਮਤਲਬ ਮਿੱਟੀ ਮੁੱਟੀ ਬਿਲਕੁਲ ਨਹੀਂ ਲੱਗਣੀ ਹਨਾ ਜੀ, ਮਿੱਟੀ ਮੁੱਟੀ ਜਮਾ ਹੀ ਲੱਗਦੀ। ਹੁਣ ਜਿਵੇਂ ਆਪਾਂ ਨੇ ਦੋ ਫੰਕਸ਼ਨ ਹੋਰ ਵੀ ਦੇ ਰੱਖੇ ਨੇ, ਜਿਵੇਂ ਫਾਰਮਰਾਂ ਨੇ ਘਰੇ ਤਵੇ ਬਦਲਣ ਨੇ, ਆਪਣੇ ਚਾਬੀ ਵੀ ਦੇ ਰੱਖੀ ਆ ਜੀ। ਅੱਛਾ, ਆ ਦੇਖ ਲਓ ਬਾਈ, ਜਿੰਦਿਆਂ ਨੂੰ ਚਾਬੀਆਂ ਤਾਂ ਲੱਗੀਆਂ ਦੇਖੀਆਂ ਆਪਾਂ, ਆ ਹੈਰੋ ਨੂੰ ਵੀ ਚਾਬੀ ਲਾਤੀ। ਹੁਣ ਜਿਵੇਂ ਫਾਰਮਰ ਜਿਵੇਂ ਖੇਤਾਂ ਚ ਕੰਮ ਕਰਕੇ ਆ ਜਾਂਦੇ ਨੇ, ਮਿੱਟੀ ਮੁੱਟੀ ਲਾ ਜਾਂਦੀ ਹੈ, ਮਿੱਟੀ ਤਾਰਨ ਵਾਸਤੇ ਆਪਣੇ ਕੁਰਚਣਾ ਵੇਲਚਾ ਵੀ ਦਿੱਤਾ ਹੋਇਆ ਮਿੱਟੀ ਤਾਰਨ ਨੂੰ। ਹਾਂਜੀ, ਆ ਬਾਦਾ ਬਾਈ
ਸਾਰੇ ਔਜ਼ਾਰ ਨਾਲ ਨੇ, ਬਿਲਕੁਲ ਗੱਡੀ ਵਾਲੀ ਲੁੱਕ ਹੈ ਦੇਖੋ, ਲਾਈਟਾਂ ਲਾਈਆਂ ਹੋਈਆਂ ਨੇ। ਆਪਾਂ ਜੈਕ ਖੋਲਾਂਗੇ ਜੀ, ਉਨੇ ਟਾਇਰ ਉੱਪਰ ਚੱਕ ਹੋਣਗੇ। ਇਹ ਨਹੀਂ ਮਤਲਬ, ਆਹ ਦਿਖਾ ਦਿਓ ਵੀਰੋ, ਆਹ ਜਿਹੜਾ ਜੈਕ ਸਿਸਟਮ ਹੈ, ਹਾਂਜੀ, ਜਿੱਦਾਂ ਹੀ ਆਪਾਂ ਹੈਰੋ ਨੂੰ ਖੋਲਦੇ ਜਾਵਾਂਗੇ, ਹਾਂਜੀ, ਟਾਇਰ ਜਿਹੜੇ ਉੱਪਰ ਤੁਹਾਨੇ ਬਸ ਆਹ ਪਿੰਨ ਕੱਢਣੀ ਹੈ ਜੀ, ਖੇਤ ਜਾ ਕੇ ਉਹ ਪਿੰਨ ਕੱਢ ਦੇਣੀ ਹੈ, ਤੇ ਆਪਣੇ ਆਪੇ ਕੋਈ ਬੰਦੇ ਦੀ ਲੋੜ ਨਹੀਂ, ਬੰਦੇ ਦੀ ਲੋੜ ਨਹੀਂ, ਕੁਛ ਨਹੀਂ ਲੋੜ ਜੀ, ਕੱਲਾ ਬੰਦਾ ਜਿਹੜਾ ਚੰਗੀ ਤਰ੍ਹਾਂ ਆਪਰੇਟ ਕਰ ਸਕਦਾ ਹੈਰੋ ਚਲਾਓ। ਮੈਂ ਤਾਂ ਦੁੱਖੇ ਕੱਟਤੇ ਜੀ ਕਿਸਾਨਾਂ ਦੇ ਬਾਈ।